ਲੋ ਬਾਈ ਜੀ ਬਾਈ ਕਹਿੰਦਾ ਪੂਰੀ ਫੁੱਲ ਗਾਰੰਟੀ ਰਹੂ ਬਾਈ ਜੀ ਕੁਆਲ ਪਹਿਲਾਂ ਜੀ ਆਪਾਂ ਨੇ ਵਿਸਾਖੀ ਵੰਪਰ ਆਫਰ ਚਲਾਇਆ ਸੀ ਤੁਹਾਨੂੰ ਪਤਾ ਹੀ ਹੋਣਾ ਠੀਕ ਹੈ ਜੀ ਉਹੀ ਹੈ ਜੀ ਆਪਾਂ ਅਸੀਂ ਉਹੀ ਹਾਂ ਹਾਂ ਜੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਜੀ ਉਹ ਵੀਡੀਓ ਨੂੰ ਸਹੀ ਗੱਲ ਹੈ ਬਾਈ ਜੀ ਇਹ ਅੱਜ ਸਾਰੇ 7500 ਦਾ ਜੀ ਇਹ ਠੀਕ ਹੈ ਜੀ ਅੱਜ ਵੀ 3500 ਦਾ ਹੈਗਾ ਇਹ ਨਹੀਂ ਨਹੀਂ ਉਹ ਉਦਣੀ ਆਫਰ ਸੀਗਾ ਲੋ ਬਾਈ ਜੀ ਵਿਸਾਖੀ ਆਫਰ ਸੀ ਅੱਛਾ ਵਿਸਾਖੀ ਆਫਰ ਦੀ ਹਾਂ ਜੀ ਗੋਲਡਨ ਰਿਟੀਵਰ ਹੁਣ ਫੇਰ ਦੁਬਾਰੇ 3500 ਦੇ ਵਿੱਚ ਹਾਂ ਸਰ सारे ठीक ठाक होवोंगे अज पहुंचे हो जी लोंगोवाल डॉग मार्केट अपने को परमजीत भैनी पत्तिया लगा परमजीत ठीक है जी ठीक है जी ਕਿੰਨਾ ਟਾਈਮ ਹੋ ਗਿਆ ਇਹਨੂੰ ਮੈਨੂੰ ਹੋ ਗਿਆ ਜੀ 10 ਵਜੇ ਆ ਗਿਆ ਮੈਂ 10 ਵਜੇ ਆ ਗਿਆ ਜੀ ਠੀਕ ਆ ਬਾਈ ਲਓ ਜੀ ਬਾਈ ਜੀ ਪਰਮਜੀਤ ਵੀ ਬਾਈ ਆ ਗਿਆ ਅਤੇ ਤੁਸੀਂ ਵੀ ਬਾਈ ਜੀ ਪਹੁੰਚਿਆ ਕਰੋ 1 ਅਤੇ 15 ਤਰੀਕ ਨੂੰ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਜੀ ਲੌਂਗੋਵਾਲ ਡੌਗ ਮਾਰਕੀਟ ਲੱਗੀ ਹੋਈ ਹੈਗੀ 1 ਅਤੇ 15 ਤਰੀਕ ਦੀ ਹੁੰਦੀ ਆ ਬਾਈ ਜੀ ਠੀਕ ਹੈ ਜੀ ਪਹੁੰਚਿਆ ਕਰੋ ਜ਼ਰੂਰ ਹਰੇਕ ਤਰ੍ਹਾਂ ਦਾ ਡੌਗ ਖਰੀਦਣ ਦੇ ਲਈ ਠੀਕ ਹੈ ਬਾਈ ਜੀ ਸਸਤੇ ਤੋਂ ਸਸਤਾ ਅਤੇ ਮਹਿੰਗੇ ਤੋਂ ਮਹਿੰਗਾ ਠੀਕ ਹੈ ਬਾਈ ਜੀ ਹਰੇਕ ਕੀਮਤ ਦਾ ਅਤੇ ਹਰੇਕ ਡੌਗ ਤੁਹਾਨੂੰ ਇੱਥੇ ਮਿਲੂਗਾ ਹਰੇਕ ਤਰ੍ਹਾਂ ਦੀ ਬਰੀਡ ਤੁਹਾਨੂੰ ਇੱਥੇ ਮਿਲੂਗੀ ਪਹੁੰਚਿਆ ਕਰੋ ਜ਼ਰੂਰ ਅਤੇ ਤੁਹਾਨੂੰ ਦਿਖਾਉਣਾ ਹੈਗੇ ਵੀ ਕਿਹੜੇ ਕਿਹੜੇ ਤਰ੍ਹਾਂ ਦੇ ਡੌਗ ਜਿਹੜੇ ਅੱਜ ਦੀ ਮਾਰਕੀਟ ਦੇ ਵਿੱਚ ਆਏ ਹੋਏ ਨੇ ਬਣੇ ਰਹੋ ਵੀਡੀਓ ਦੇ ਵਿੱਚ ਆ ਜਾਓ ਚੱਲ ਦੇਵਾਂਗੇ ਆਪਾਂ ਮਾਰਕੀਟ ਦੇ ਵਿੱਚ ਆ ਜਾਓ ਲਓ ਜੀ ਵੀਰ ਨਾਲ ਗੱਲਬਾਤ ਕਰ ਦਿਆਂਗੇ ਦਿਖਾਉਣਾ ਹੈਗੇ ਵੀ ਕੀ ਲੈ ਕੇ ਆਏਗਾ ਬਾਈ ਜੀ ਕੀ ਹਾਲ ਚਾਲ ਨੇ ਠੀਕ ਆ ਵੀਰ ਜੀ ਠੀਕ ਹੈ ਬਾਈ ਜੀ ਕਿੱਥੋਂ ਆਏ ਹੋ ਮਲੇਰਕੋਟਲਾ ਜੀ ਲਓ ਬਾਈ ਜੀ ਮਲੇਰਕੋਟਲੇ ਤੋਂ ਆਏ ਨੇ ਧੂਰੀ ਸ਼ਹਿਰ ਦੇ ਕੋਲੋਂ ਦੇਖ ਸਕਦੇ ਹੋ ਬਾਈ ਜੀ ਇਹ ਲੈਬਰੇ ਆ ਵੀਰੇ ਹਾਂ ਲੈਬਰੇ ਫੀਮੇਲ ਆ ਜੀ ਲਓ ਬਾਈ ਜੀ ਲੈਬਰੇ ਫੀਮੇਲ ਆ ਬਲੈਕ ਲੈਬਰੇ ਨਾ ਬਹੁਤ ਘੱਟ ਮਿਲਦਾ ਨਾ ਬਾਈ ਜੀ ਬਲੈਕ ਦੇ ਵਿੱਚ ਨਾ ਦੂਸਰਾ ਕਲਰ ਹੀ ਹੁੰਦਾਗਾ ਜ਼ਿਆਦਾਤਰ ਕਿੰਨੇ ਟਾਈਮ ਦਾ ਹੋ ਗਿਆ ਵੀਰੇ ਇਹ 35 ਦਿਨ ਦਾ ਬੱਚਾ ਜੀ 35 ਦਿਨਾਂ ਦਾ ਬੱਚਾ ਬਾਈ ਥੱਲੇ ਛੱਡਿਓ ਫੀਮੇਲ ਆ ਜੀ ਲਓ ਬਾਈ ਜੀ ਫੀਮੇਲ ਆ ਗਈ ਦੇਖ ਸਕਦੇ 35 ਦਿਨਾਂ ਦੀ ਹੈਗੀ ਤੁਹਾਡੇ ਸਾਹਮਣੇ ਬਾਈ ਜੀ ਕੁਆਲਿਟੀ ਨਾ ਕੁਆਲਿਟੀ ਵਧੀਆ ਬਾਈ ਜੀ ਫੁੱਲ ਕੁਆਲਿਟੀ ਗਰੰਟੀ ਹੋਊ ਕੁਆਲਿਟੀ ਹਾਂ ਜੀ ਫੁੱਲ ਲਓ ਜੀ ਬਾਈ ਜੀ ਗਰੰਟੀ ਹੋਊ ਕੁਆਲਿਟੀ ਦੀ ਬਾਕੀ ਤੁਸੀਂ ਦੇਖ ਸਕਦੇ ਹੋ ਉਹਦੇ ਸਾਹਮਣੇ ਆਗੇ ਇਹ ਵਾਰੀ ਵੀਰੇ ਇਹ ਜਰਮਨ ਮੇਲ ਆ ਜੀ ਮੇਲ ਆ ਜਰਮਨ ਦਾ ਨਾ ਥੱਲੀ ਛੱਡ ਦਿਓ ਨਾ ਦੇਖ ਸਕਦੇ ਹੋ ਬਾਈ ਇਹ ਜਰਮਨ ਦਾ ਮੇਲ ਆ ਬਾਈ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ 40 ਦਿਨ ਦਾ ਜੀ ਲਓ ਬਾਈ ਇਹ 40 ਦਿਨਾਂ ਦਾ ਹੋ ਗਿਆ ਨਾ ਇਹ ਫੀਮੇਲ 40 ਦਿਨਾਂ ਦਾ ਬਾਈ ਜੀ ਦੇਖ ਸਕਦੇ ਹੋ ਕੀ ਮੰਗਿਆ ਵੀਰੇ ਰੇਟ ਇਹਦਾ 10000 ਮੇਲ ਦਾ ਜਰਮਨ ਦਾ ਇਹਦਾ 5000 ਫੀਮੇਲ ਦਾ ਲਓ ਬਾਈ ਜੀ ਫੀਮੇਲ ਦਾ 5000 ਜਰਮਨ ਉਹਦਾ 10000 ਹਨਾ ਹਾਂਜੀ ਤੇ ਆ ਲੈਬਰੇ ਆ ਗਏ ਹਨ ਬਾਈ ਜੀ ਇਹ ਆਪਣੀ ਲੈਬਰੇ ਹਾਂ ਚੱਕ ਲਾ ਇਹ ਬਾਈ ਦਿਖਾ ਦੇ ਕੋਈ ਲੈ ਬਾਈ ਦੇਖ ਸਕਦੇ ਬਾਈ ਜੀ ਦਿਖਾਉਣੇ ਆਗੇ ਕਿੰਨੇ ਕਿੰਨੇ ਟਾਈਮ ਦੇ ਆ ਰਹੋਗੇ ਵੀਰੇ 10 ਵਜੇ ਜਾਂ 35 ਦਿਨ ਦੇ ਦਿਖਾਉਣੇ ਆ ਬਾਈ ਤੁਹਾਨੂੰ ਲੈਬਰੇ 35 ਦਿਨਾਂ ਦੇ ਕਿੱਥੋਂ ਆਏ ਹੋਗੇ ਮਲੇਰਕੋਟਲੇ ਤੋਂ ਆਏ ਨੇ ਬਾਈ ਦੇ ਬਾਈ ਜੀ 35 ਦਿਨਾਂ ਦੇ ਹੋਗੇ ਮੇਲ ਨੇ ਦੋਨੇ ਫੀਮੇਲ ਫੀਮੇਲ ਨਾਲ ਬਾਈ ਲਓ ਬਾਈ 35 ਦਿਨਾਂ ਦੇ ਫੀਮੇਲ ਨੇ ਦੇਖ ਦੋ ਕੁਆਲਿਟੀ ਕਿ ਨੰਬਰ ਰਹੂ ਵੀਰੇ 1 ਨੰਬਰ ਗਾਰੰਟੀ ਰਹੂ ਪੂਰੀ ਗਾਰੰਟੀ ਪੂਰੀ ਵੈਕਸੀਨੇਸ਼ਨ ਵਗੈਰਾ ਹੋਈ 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 ਹੈ ਮਸ਼ੀਨ ਦੇ ਲਓ ਬਾਈ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਬਾਈ ਕੀ ਰੇਟ ਮੰਗਿਆ 3000 ਰੁਪਏ ਹਾਂਜੀ ਲਓ ਬਾਈ 3000 ਰੁਪਏ ਮੰਗਿਆ ਲੈਬਰਿਆਂ ਦਾ ਬਾਈ ਨੇ ਦੇਖ ਸਕਦੇ ਫੀਮੇਲ ਨੇ ਦੋ ਠੀਕ ਹੈ ਜਿਹੜੇ ਵੀ ਮੇਰੇ ਬਾਈ ਨੇ ਖਰੀਦਣਾ ਹੈਗਾ ਜ਼ਰੂਰ ਪਹੁੰਚਿਆ ਕਰੋ ਇੱਕ ਵਾਰ ਲੌਂਗੋਵਾਲ ਡੌਗ ਮਾਰਕੀਟ ਦੇ ਵਿੱਚ ਠੀਕ ਹੈ ਵੀਰੇ ਲਓ ਬਾਈ ਜੀ ਗੋਲਡਨ ਰਿਟੀਵਰ ਦਿਖਾਉਣਾ ਹੈ ਤੁਹਾਨੂੰ ਤੇ ਵੀਰ ਨਾਲ ਗੱਲਬਾਤ ਕਰਦੇ ਬਾਈ ਕੀ ਹਾਲ ਨੇ ਠੀਕ ਠਾਕ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕਿੰਨੇ ਟਾਈਮ ਦਾ ਹੋ ਗਿਆ ਹੈ ਇਹ 55 ਦਿਨ ਦਾ ਬਾਈ ਮੇਲ ਆ ਕਿ ਫੀਮੇਲ ਆ ਫੀਮੇਲ ਆ ਜੀ ਫੀਮੇਲ ਆ ਬਾਈ 55 ਦਿਨਾਂ ਦੇ ਕਹਿ ਰਹੇ ਨੇ ਬਾਈ ਵੈਕਸੀਨੇਸ਼ਨ ਵਗੈਰਾ ਵੈਕਸੀਨ ਹੋਈ ਹੋਈ ਆ ਬਾਈ ਆਹ ਕਾਰਡ ਲੋ ਜੀ ਬਾਈ ਜੀ ਕਾਰਡ ਦੇਖ ਸਕਦੇ ਹੋ ਕਾਰਡ ਬਾਈ ਦੇ ਕੋਲ ਹੀ ਆ ਬਾਈ ਨਾਲ ਹੀ ਚੱਕੇ ਫਿਰਦਾ ਬਾਈ ਇਹਦਾ ਨਾਲ ਹੀ ਦੇ ਦੋਗੇ ਕਾਰਡ ਨਾਲ ਹੀ ਦੇ ਦੇਣਾ ਆਪਾਂ ਤਾਂ ਕੀ ਕਰਨਾ ਵੈਕਸੀਨ ਤਾਂ ਇਹਦੇ ਲੱਗੀ ਆ ਸਹੀ ਗੱਲ ਲੈ ਬਾਈ ਦੇਖ ਦਿੰਦਾ 55 ਦਿਨਾਂ ਦਾ ਹੋ ਗਿਆ ਹਨਾ ਹਾਂਜੀ ਹੋ ਗਈ ਫੀਮੇਲ ਆ ਬਾਈ ਦੇਖ ਸਕਦੇ ਹੋ ਕੁਆਲਿਟੀ ਬਾਈ ਕੁਆਲਿਟੀ 1 ਨੰਬਰ ਹੈ ਵਧੀਆ ਹੈਗੀ ਬਿਲਕੁਲ ਗਾਰੰਟੀ ਲੈਣੇ ਪੂਰੀ ਗਾਰੰਟੀ ਬਿਲਕੁਲ ਲੈ ਬਾਈ ਪੂਰੀ ਗਾਰੰਟੀ ਲੈਂਦੇ ਨੇ ਬਾਈ ਠੀਕ ਹੈ ਜੀ ਦੇਖ ਸਕਦੇ ਹੋ ਕੀ ਮੰਗਿਆ ਇਹਦਾ 7500 7500 ਰੁਪਇਆ ਕਿੱਥੇ ਤੱਕ ਦੇ ਦੋਗੇ ਕਰ ਦਾਂਗੇ ਮਾਨਤਾਨ ਕਰ ਦੋਗੇ ਬਿਲਕੁਲ ਕਰ ਦਾਂਗੇ ਲਓ ਵੀ ਮਾਨਤਾਨ ਕਰ ਦੇਣਗੇ ਬਾਈ ਦੇਖ ਸਕਦੇ ਹੋ ਨਾ ਬਾਈ ਜੀ ਕਮੈਂਟ ਕਰ ਲਿਓ ਬਾਈ ਜੀ ਠੀਕ ਹੈ ਜੀ ਕਿੱਦਾਂ ਦੀ ਕੁਆਲਿਟੀ ਲੱਗ ਰਹੀ ਹੈਗੀ ਤੇ ਸਕਰੀਨ ਦੇ ਨੰਬਰ ਹੈਗੇ ਨੇ ਉਹਨਾਂ ਵੀਰੋ ਤੋਂ ਨੰਬਰ ਲੈ ਲਿਓ ਠੀਕ ਹੈ ਵੀਰੇ ਠੀਕ ਹੈ ਫਿਰ ਧੰਨਵਾਦ ਬਾਈ ਜੀ ਅੱਗੇ ਚੱਲਦੇ ਹਾਂਗੇ ਹੋਰ ਦਿਖਾਉਣੇ ਹੈਗੇ ਦਿਖਾਇਓ ਬਾਈ ਜੀ ਹਸਕੀ ਲੈ ਵੀ ਹਸਕੀ ਦਿਖਾਉਣਾ ਤੁਹਾਨੂੰ ਨਾ ਬਾਈ ਜੀ ਕੀ ਹਾਲ ਚਾਲ ਨੇ ਠੀਕ ਆ ਬਾਈ ਠੀਕ ਕਿੱਥੋਂ ਆਇਓ ਅਸੀਂ ਖੇੜੀ ਕਿੱਲਾ ਖੇੜੀ ਕਿੱਲਾ ਇਹ ਕਿੱਥੇ ਪੈਂਦਾ ਪਟਿਆਲਾ ਸਾਈਡ ਪਟਿਆਲੇ ਸਾਈਡ ਤੋਂ ਆਏ ਨੇ ਬਾਈ ਦੇਖ ਸਕਦੇ ਹੋ ਮੇਲ ਆ ਕਿ ਫੀਮੇਲ ਆ ਫੀਮੇਲ ਆ ਵੀਰੇ ਫੀਮੇਲ ਆ ਕਿੰਨੇ ਟਾਈਮ ਦੀ ਹੋ ਗਈ ਇਹ 10 ਮਹੀਨਿਆਂ ਦੀ ਲੈ ਬਾਈ 10 ਮਹੀਨਿਆਂ ਦੀ ਫੀਮੇਲ ਆ ਕਿ ਦੇਖ ਸਕਦੇ ਹੋਗੇ ਬਲੂ ਆਈ ਦੇ ਵਿੱਚ ਹੀ ਆ ਹਾਂ ਹਾਂ ਲੋ ਬਾਈ ਦੇਖ ਸਕਦੇ ਹੋ ਵੈਕਸੀਨੇਸ਼ਨ ਵਗੈਰਾ ਹੋਈ ਹੋਆ ਸਭ ਕੁਝ ਕਿਵੇਂ ਵੀਰੇ ਵੈਕਸੀਨੇਸ਼ਨ ਹੋਈ ਹੋਈ ਹਾਂ ਠੀਕ ਆ ਬਾਈ ਕੀ ਮੰਗਦੇ ਹੋ ਅਸੀਂ 20000 ਮੰਗਦੇ ਹਾਂ 20000 ਰੁਪਏ ਮੰਗਦੇ ਹਾਂ ਕੁਆਲਿਟੀ 1 ਨੰਬਰ ਹੋਊਗੀ ਹਾਂ ਬਾਈ ਗਾਰੰਟੀ ਆ ਪੂਰੀ ਹਾਂ ਹਾਂ ਬਾਈ ਲੈ ਬਾਈ ਦੇਖ ਦੋ 20000 ਰੁਪਏ ਮੰਗਿਆ ਬਾਈ ਕਿਹੜਾ ਕਲਰ ਆਉਂਦਾ ਵੀਰੇ
ਇਹ ਬਲੈਕ ਜੇ ਚ ਆ ਗਈ ਬਲੈਕ ਜੇ ਚ ਆ ਗਈ ਬਲੈਕ ਵਾਈਟ ਚ ਆ ਗਈ ਬਲੈਕ ਵਾਈਟ ਦੇ ਵਿੱਚ ਆ ਗਈ ਬਈ ਦੇਖ ਸਕਦੇ ਹੋ 20,000 ਰੁਪਏ ਮੰਗਿਆ ਕਿੱਥੇ ਤੱਕ ਛੱਡ ਦੋਗੇ ਕਰ ਲਾਂਗੇ ਮੌਕੇ ਤੇ ਮੌਕੇ ਤੇ ਕਰ ਲੂੰਗਾ ਕਹਿੰਦਾ ਮੌਕੇ ਤੇ ਕਰ ਲਾਂਗੇ ਬਈ ਠੀਕ ਹੈ ਜੀ ਠੀਕ ਹੈ ਵੀਰੇ ਧੰਨਵਾਦ ਅੱਗੇ ਚੱਲਦੇ ਆ ਬਾਈ ਜੀ ਕੀ ਹਾਲ ਨੇ ਵਧੀਆ ਵੀਰੇ ਵਧੀਆ ਕਿੱਥੋਂ ਆਏ ਹੋ ਕੁੰਨਰਾਂ ਤੋਂ ਵੀਰੇ ਕੁੰਨਰਾਂ ਤੋਂ ਆਏ ਨੇ ਬਾਈ ਦੇਖ ਸਕਦੇ ਹੋ ਕੀ ਚੀਜ਼ ਹੈ ਵੀਰੇ ਬੀਗਲ ਦੀ ਫੀਮੇਲ ਦੇ ਕਲਚਰ ਦੀ ਕੱਢਿਓ ਬਾਰੇ ਕੱਢਿਓ ਦੋਨੇ ਨੂੰ ਲੈ ਬਾਈ ਬੀਗਲ ਤੇ ਕਲਚਰ ਇਹ ਕਲਚਰ ਚ ਆ ਗਈ ਹਾਂ ਬਾਈ ਕਲਚਰ ਚ ਹੋਰ ਕਲਰ ਆ ਨਾ ਇਹ ਵਾਈਟ ਵਾਈਟ ਕਲਰ ਆ ਬਾਈ ਕਲਚਰ ਦੇ ਵਿੱਚ ਦੇਖ ਸਕਦੇ ਹੋ ਬਾਈ ਸੋਹਣੀ ਆ ਨਾ ਬਾਈ ਮਿਕਸ ਤਾਂ ਨਹੀਂ ਹੈਗੀ ਵੀਰੇ ਮਿਕਸ ਹੈ ਵੀਰੇ ਕਿਹੜੀ ਮਿਕਸ ਹੈਗੀ ਕਲਚਰ ਕਲਚਰ ਮਿਕਸ ਆ ਹੈ ਠੀਕ ਆ ਜੀ ਕਿੰਨੇ ਕਿੰਨੇ ਟਾਈਮ ਦੇ ਹੋਗੇ ਦੋਨੇ ਇਹ 2 ਮਹੀਨੇ 9 ਦਿਨਾਂ ਦੀ ਹੋ ਗਈ ਤਾਂ 2 ਮਹੀਨੇ 9 ਦਿਨਾਂ ਦੀ ਆ ਲੈ ਬਈ 2 ਮਹੀਨੇ 9 ਦਿਨਾਂ ਦੀ ਹੋ ਗਈ ਬਈ ਕੁਆਲਿਟੀ ਤੁਹਾਡੇ ਸਾਹਮਣੇ ਆ ਗਈ ਦੇਖ ਸਕਦੇ ਹੋਗੇ ਤੇ ਉਹ ਵੀਰੇ ਦੂਸਰੀ ਇਹ 52 ਦਿਨਾਂ ਦੀ ਹੋ ਗਈ ਵੀਰੇ 52 ਦਿਨਾਂ ਦੀ ਆ ਕੀ ਕੀ ਮੰਗਿਆ ਵੀਰੇ ਦੋਨਾਂ ਦਾ ਇਹਦਾ 6,000 6,000 ਰੁਪਇਆ ਉਹਦਾ ਦੂਜੇ ਦਾ ਇਹ 6500 ਦੀ ਸੀ ਲੋ ਬਈ ਇੱਕ 6,000 ਰੁਪਇਆ ਮੰਗਿਆ ਤੇ ਇੱਕ 6500 ਰੁਪਇਆ ਮੰਗਿਆ ਬਈ ਕੁਆਲਿਟੀ ਦੇਖ ਸਕਦੇ ਹੋ ਇਹਦੀ ਹਾਈਟ ਕਿੱਡੀ ਹੋ ਜੂ ਵੀਰੇ ਬਸ ਬਈ ਥੋੜੀ ਜਿਹੀ ਵਧੂ 2 ਕੁੰਗਲਾਂ ਹੋਰ ਠੀਕ ਆ ਜੀ ਟੁਆਏ ਚ ਹੀ ਰਹੂਗੇ ਬਿਲਕੁਲ ਉਹ ਡਿੱਗੂਗੇ ਦੇਖ ਬਾਈ ਜੀ ਦੇਖ ਸਕਦੇ ਹੋ ਟੁਆਏ ਦੇ ਵਿੱਚ ਹੀ ਰਹੂਗੀ ਛੋਟੀ ਰਹੂ ਬਾਈ ਕਹਿੰਦਾ ਕਿੱਦਾਂ ਦੀ ਲੱਗ ਰਹੀ ਹੈ ਬਈ ਕੁਆਲਿਟੀ ਕਮੈਂਟ ਜ਼ਰੂਰ ਕਰਿਓ ਹਨਾ ਤੇ ਜੇ ਕਿਸੇ ਵੀ ਮੇਰੇ ਬਾਈ ਨੇ ਖਰੀਦਣਾ ਹੋਵੇ ਤਾਂ ਜ਼ਰੂਰ ਪਹੁੰਚਿਆ ਕਰੋ ਲੌਂਗੋਵਾਲ ਡੌਗ ਮਾਰਕੀਟ ਦੇ ਵਿੱਚ ਠੀਕ ਹੈ ਵੀਰੇ ਠੀਕ ਹੈ ਅੱਗੇ ਚੱਲਦੇ ਲੈ ਬਾਈ ਜੀ ਗੋਲਡਨ ਟੀਵਰ ਦਿਖਾਉਣੇ ਆ ਤੁਹਾਨੂੰ ਦੇਖ ਸਕਦੇ ਹੋਗੇ ਮੇਲ ਆ ਕਿ ਫੀਮੇਲ ਆ ਵੀਰੇ ਫੀਮੇਲ ਆ ਜੀ ਕਿੱਥੋਂ ਆਇਆ ਬਾਈ ਜੀ ਸਾਹੋ ਕਹਿੰਦਾ ਜੀ ਲੈ ਬਾਈ ਸਾਹੋ ਕਹਿੰਦਾ ਆਏ ਨੇ ਫੀਮੇਲ ਨੇ ਦੋਨੀ ਹਾਂਜੀ ਹਾਂਜੀ ਇਹ ਦੋਨੇ ਫੀਮੇਲ ਨੇ ਦੇਖ ਸਕਦੇ ਹੋਗੇ ਕਿੰਨੀ ਕਿੰਨੀ ਉਮਰ ਦੇ ਹੋਗੇ ਇਹ 65 ਦਿਨਾਂ ਦੇ ਹੋ ਚੁੱਕੇ 65 ਦਿਨਾਂ ਦੇ ਨਾ ਵੈਕਸੀਨੇਸ਼ਨ ਵਗੈਰਾ ਹੋਈ ਹੋਈ ਹੈ ਸਭ ਕੁਝ ਹੋਈ ਹੈ ਜੀ ਬਾਈ ਵੈਕਸੀਨੇਸ਼ਨ ਹੋਈ ਹੋਈ ਹੈ 65 ਦਿਨਾਂ ਦੇ ਹੋਗੇ ਦੇਖ ਸਕਦੇ ਹੋਗੇ ਕੀ ਮੰਗਿਆ ਵੀਰੇ ਅੱਜ ਕੀ ਮੰਗਿਆ ਕੀ ਇਹਦਾ 6500 ਰੁਪਇਆ ਮੰਗ ਰਹੇ ਹਾਂ ਜੀ 6500 ਰੁਪਇਆ ਇੱਕ ਦਿਨ ਦਾ 100 ਰੁਪਇਆ ਹੋ ਗਿਆ ਫਿਰ ਤਾਂ ਹਾਂਜੀ ਲੈ ਵੀ ਦੇ ਦੇ ਪੈਣ ਅੱਛਾ ਤਾਂ ਵੈਸੇ ਵਾਧੀ ਖਾ ਗਏ ਜੀ ਠੀਕ ਹੈ ਜੀ ਫਿਰ ਸਸਤੇ ਕਾ ਤੋਂ ਦੇ ਰਹੇ ਹੋ ਇਹ ਸਸਤੇ ਤਾਂ ਹੁਣ ਮਾਰਕੀਟ ਡਾਊਨ ਹੋਈ ਪਈ ਹੈ ਜੀ ਤਾਂ ਅਸੀਂ ਦੇ ਰਹੇ ਅੱਛਾ ਚਲੋ ਕੋਈ ਗੱਲ ਨਹੀਂ ਸਰ ਚੱਲਦੀ ਰਹਿੰਦਾ ਹਨ ਗਰਮੀ ਦੇ ਵਿੱਚ ਆ ਕੇ ਥੋੜੀ ਜੀ ਮਾਰਕੀਟ ਡਾਊਨ ਹੋ ਜਾਂਦੀ ਹਾਂਜੀ ਹਾਂਜੀ ਲੈ ਵੀ ਦੇਖ ਸਕਦੇ ਹੋਰ ਕੀ ਹੁੰਦਾ ਘਰੇ ਬਸ ਇਹੀ ਰੱਖੇ ਹੋਏ ਆ ਇਹੀ ਰੱਖੇ ਹੋਏ ਆ ਇਹੀ ਰੱਖੇ ਹੋਏ ਠੀਕ ਹੈ ਜੀ ਉਹ ਵੀ ਆਪਣੇ ਨੇ ਨਹੀਂ ਜੀ ਉਹ ਨਹੀਂ ਆਪਣੇ ਅਸੇ ਉਹ ਨਹੀਂ ਆਪਣੇ ਹੈਗੇ ਚਲੋ ਠੀਕ ਹੈ ਵੀਰੇ ਓਕੇ ਸਰ ਅੱਗੇ ਚੱਲਦੇ ਆਂਗੇ ਆਪਣੇ ਵੀਰੇ ਦਿਖਾ ਜੋ ਕੀ ਹਾਲ ਨੇ ਵੀਰੇ ਵਧੀਆ ਜੀ ਕਿੱਥੋਂ ਆਇਓ ਮੰਡੇਰ ਕਣਾ ਮੰਡੇਰ ਕਣਾ ਦਿਖਾਓ ਲਗੋਇਆ ਪਿਆ ਠੰਡ ਲੱਗਦੀ ਆ ਮੈਨੂੰ ਲੱਗਦਾ ਨਾ ਨਾ ਜੀ ਲੋ ਵੀ ਦੇਖ ਸਕਦੇ ਹੋ ਜਰਮਨ ਸੈਫਰ ਹਾਂਜੀ ਕਿੰਨੇ ਟਾਈਮ ਦਾ ਹੋ ਗਿਆ ਇਹ 45 ਇਹਦੇ ਉੱਪਰ ਰੱਖ ਫੀਮੇਲ ਹੈ ਜੀ 45 ਦਿਨਾਂ ਦੇ ਹੋ ਗਏ ਬਾਈ ਫੀਮੇਲ ਆ ਗਈ ਦੇਖ ਸਕਦੇ ਹੋ ਵੈਕਸੀਨੇਸ਼ਨ ਵਗੈਰਾ ਹੋਈ ਹੋਈ ਆ ਕੋਈ ਨਹੀਂ ਹੋਇਆ ਕੁਆਲਿਟੀ ਕਿਵੇਂ ਆ ਬਈ ਜੀ ਕੁਆਲਿਟੀ ਪੂਰੀ ਪਿਓਰ ਆ ਜੀ ਪੂਰੀ ਪਿਓਰ ਆ ਗਾਰੰਟੀ ਲੈਣੇ ਹੋ ਹਾਂਜੀ ਗਾਰੰਟੀ ਬਈ ਕਹਿੰਦਾ ਗਾਰੰਟੀ ਲੈਣੇ ਆ ਬਈ ਪੂਰੀ ਪਿਓਰ ਆ ਕੁਆਲਿਟੀ ਨਾ ਦੇਖ ਸਕਦੇ ਹੋ ਬਾਈ ਜੀ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਬਾਈ ਜੀ ਕੀ ਮੰਗਿਆ ਕੀ ਆ ਇਹਦਾ 8000 ਰੁਪਏ ਮੰਗਿਆ ਜੀ ਬਾਕੀ ਮਾਨ ਤਾਨ ਕਰ ਦਾਂਗੇ ਲਓ ਬਾਈ ਜੀ 8000 ਰੁਪਏ ਮੰਗਿਆ ਹੈਗਾ ਬਾਕੀ ਕਹਿੰਦਾ ਬਾਈ ਕਹਿੰਦਾ ਮਾਨ ਤਾਨ ਜਿਹੜਾ ਆਪਾਂ ਕਰ ਦਾਂਗੇ ਹੋਰ ਕੀ ਕੀ ਲੈ ਕੇ ਆਏ ਹੋ ਬਸ ਇਹ ਕੱਲਾ ਜਰਮਨ ਇੱਕੇ ਲੈ ਕੇ ਆਏ ਸੀ ਦੋ ਬੇਚਤੀ ਇਹਦੇ ਨਾਲ ਦੇ ਅੱਛਾ ਦੋ ਬੇਚਤੀਆਂ ਹਾਂਜੀ ਉਰੇ ਵੀ ਕੀਆਂ ਨੇ ਨਾ ਨਾ ਜੀ ਅੱਛਾ ਬਾਹਰ ਵੀ ਬੇਚਤੀ ਲਓ ਬਾਈ ਦੇਖ ਸਕਦੇ ਹੋ ਨਾ ਫੀਮੇਲ ਆ ਜੀ ਨਾ ਹਾਂਜੀ ਠੀਕ ਹੈ ਵੀਰੇ ਤੇ ਬਾਈ ਜੀ ਹੋਰ ਦਿਖਾਉਣੇ ਆ ਤੁਹਾਨੂੰ ਗੋਲਡਨ ਟੀਵਰ ਗੋਲਡਨ ਟੀਵਰ ਬਹੁਤ ਆਉਂਦੇ ਨੇ ਬਾਈ ਤੁਸੀਂ ਬੋਲੋ ਬਾਈ ਜੀ ਕੀ ਹਾਲ ਨੇ ਵਧੀਆ ਵੀਰ ਜੀ ਕਿੱਥੋਂ ਆਏ ਹੋ ਧੂਰੀ ਤੋਂ ਲਓ ਬਾਈ ਧੂਰੀ ਤੋਂ ਆਏ ਨੇ ਬਾਈ ਦੇਖ ਸਕਦੇ ਗੋਲਡਨ ਟੀਵਰ ਲੈ ਕੇ ਹਨਾ ਕਿੰਨੇ ਕਿੰਨੇ ਟਾਈਮ ਦੇ ਹੋਗੇ ਵੀਰੇ ਇਹ 35 ਦਿਨਾਂ ਦੇ ਹੋਗੇ ਜੀ 35 ਦਿਨਾਂ ਦੇ ਹੋਗੇ ਹਨਾ ਮੇਲ ਫੀਮੇਲ ਕੀ ਕੀ ਨੇ ਇਹ 3 ਫੀਮੇਲ ਸੀ ਜੀ 2 ਮੇਲ ਸੀ ਇੱਕ ਫੀਮੇਲ ਸੇਲ ਹੋ ਗਈ ਅੱਛਾ ਇੱਥੇ ਵਿੱਚ ਹਾਂਜੀ ਹੁਣੀ ਕੀ ਮੰਗਿਆ ਰੇਟ ਕੀ ਮੰਗਿਆ ਦਾ ਇਹ 5000 ਦੀ ਫੀਮੇਲ ਦੇਣੀ ਹੈ ਜੀ 7000 ਦਾ ਮੇਲ 7000 ਦਾ ਮੇਲ 5000 ਦੀ ਫੀਮੇਲ ਹੋ ਗਈ ਦੇਖ ਲਓ ਬਾਈ ਕੁਆਲਿਟੀ ਇੱਕ ਨੰਬਰ ਹੋਊਗੀ ਇੱਕ ਨੰਬਰ ਗਾਰੰਟੀ ਹੈ ਪੂਰੀ ਟੌਪ ਆ ਜੀ ਲੈ ਵੀ ਗਾਰੰਟੀ ਹੈ ਬਾਈ ਕਹਿੰਦਾ ਪੂਰੀ ਦੇਖ ਸਕਦੇ ਹੋ ਬਾਈ ਜੀ ਦਿਖਾਓ ਪਿੱਛੋਂ ਮੜਾ ਘੁਮਾ ਕੇ ਦਿਖਾਓ ਬਾਈ ਜੀ ਦੇਖ ਸਕਦੇ ਹੋ ਕੁਆਲਿਟੀ ਬਾਈ ਤੁਹਾਡੇ ਸਾਹਮਣੇ ਹੈ ਨਾ ਦੇਖ ਕਿਵੇਂ ਲੱਗ ਰਿਹਾ ਕੁਆਲਿਟੀ ਬਾਈ ਕਮੈਂਟ ਜ਼ਰੂਰ ਕਰਿਓ ਬਾਈ ਧੂਰੀ ਤੋਂ ਆਏ ਨੇ ਗੋਲਡਨ ਟੀਵਰ ਲੈ ਕੇ ਹੁਣ ਕੀ ਰਹਿ ਗਏ ਇਹ ਮੇਲ ਕਿੰਨੇ ਦੇ ਵਿੱਚ 2 ਮੇਲ ਰਹਿ ਗਏ 2 ਫੀਮੇਲ ਲਓ ਬਾਈ 2 ਪੇਅਰ ਨੇ ਨਾ ਪੂਰੇ ਦੇਖ ਸਕਦੇ ਠੀਕ ਹੈ ਵੀਰੇ ਓਕੇ ਜੀ ਧੰਨਵਾਦ ਥੈਂਕ ਯੂ ਅੱਗੇ ਚੱਲਦੇ ਆ ਬਾਈ ਜੀ ਕੋਲੇ ਆਇਓ ਬਾਈ ਜੀ ਆਇਓ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਬਾਈ ਜੀ ਵਧੀਆ ਜੀ ਠੀਕ ਠਾਕ ਠੀਕ ਆ ਬਾਈ ਕਿੱਥੋਂ ਆਏ ਬਾਈ ਜੀ ਧੂਰੀ ਜੀ ਪਿੰਡ ਹਾਪਨ ਜੀ ਠੀਕ ਆ ਬਾਈ ਧੂਰੀ ਤੋਂ ਆਏ ਨੇ ਬਾਈ ਆ ਤੁੰਦੋ ਬਹਿ ਜਾਓ ਕੋਈ ਗੱਲ ਨਹੀਂ ਕੁਰਸੀ ਲੈ ਲਓ ਮਾੜਾ ਇੱਧਰ ਬੈਠ ਕੇ ਕੀ ਨੇ ਬਾਈ ਇਹ ਇਹ ਗੋਲਡਨ ਟੀਵਰ ਹੈ ਜੀ ਸਰ ਕੱਢੇ ਬਾਰੇ ਇੱਕ ਹਾਂ ਜੀ ਹਾਂ ਲਓ ਗੋਲਡਨ ਟੀਵਰ ਨੇ ਹੱਥਣ ਤੋਂ ਆਏ ਨੇ ਬਾਈ ਧੂਰੀ ਦੇ ਕੋਲੋਂ ਧੂਰੀ ਵਾਲੇ ਖਾਸ ਹੈ ਕਰਦੇ ਨੇ ਹਨਾ ਕੁੱਤਾਂ ਦਾ ਕੰਮ ਲਾ ਹਾਂ ਧੂਰੀ ਚ ਜ਼ਿਆਦੇ ਆ ਜੀ ਧੂਰੀ ਚ ਜ਼ਿਆਦੇ ਆ ਕੰਮ ਬਿਲਕੁਲ ਜੀ ਗੱਲ ਕੀ ਹੈ ਉਹ ਬਾਜੀ ਸ਼ੌਂਕ ਆ ਯਾਰ ਸ਼ੌਂਕ ਆ ਨਾ ਯਾਰ ਹਨਾ ਆਪਣੇ ਕੋਲ ਕਿੰਨੇ ਰੱਖੇ ਹੋਏ ਨੇ ਆਪਣੇ ਸਾਰੀ ਬਰੀਡ ਹੀ ਹੁੰਦੀ ਹੈ ਨੇ ਸਾਰੀ ਬਰੀਡ ਹੁੰਦੀ ਹੈ ਆਲ ਬਰੀਡ ਰੱਖਦੇ ਹੋ ਹਾਂ ਜੀ ਹਾਂ ਬਿਲਕੁਲ ਠੀਕ ਹੈ ਵੀ ਦੇਖ ਸਕਦੇ ਹੋ ਜੀ ਗੋਲਡਨ ਟੀਵਰ ਆਪਣੀ ਡੇਲੀ ਸਪਲਾਈ ਹੈ ਪੰਜਾਬ ਦੇ ਵਿੱਚ ਡੇਲੀ ਸਪਲਾਈ ਹਾਂ ਜੀ ਹਾਂ ਪੂਰੇ ਆਲ ਪੰਜਾਬ
ਕੀ ਕੁਆਲਿਟੀ ਕੀ ਹੈ ਵਧੀਆ ਕੁਆਲਿਟੀ ਹੈ ਪੂਰੀ ਟੌਪ ਦੀ ਕੁਆਲਿਟੀ ਗਰੰਟੀ ਰਹੂ ਪੂਰੀ ਪੂਰੀ ਫੁੱਲ ਜੀ ਲਓ ਬਾਈ ਜੀ ਬਾਈ ਕਹਿੰਦਾ ਪੂਰੀ ਫੁੱਲ ਗਰੰਟੀ ਰਹੂ ਬਾਈ ਜੀ ਕੁਆਲਿਟੀ ਪਹਿਲਾਂ ਜੀ ਆਪਾਂ ਨੇ ਵਿਸਾਖੀ ਵੰਪਰ ਆਫਰ ਚਲਾਇਆ ਸੀ ਤੁਹਾਨੂੰ ਪਤਾ ਹੀ ਹੋਣਾ ਠੀਕ ਹੈ ਜੀ ਉਹੀ ਹੈ ਜੀ ਆਪਾਂ ਅਸੀਂ ਉਹੀ ਹਾਂ ਹਾਂ ਜੀ ਠੀਕ ਹੈ ਜੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਜੀ ਉਹ ਵੀਡੀਓ ਨੂੰ ਸਹੀ ਗੱਲ ਹੈ ਬਾਈ ਜੀ ਹਾਂ ਜੀ ਅੱਜ ਕੀ ਰੇਟ ਹੈ ਦਾ ਇਹ ਅੱਜ ਸਰ ਇਹ 7500 ਦਾ ਜੀ ਇਹ ਠੀਕ ਹੈ ਜੀ ਅੱਜ ਨਹੀਂ 3500 ਦਾ ਹੈਗਾ ਇਹ ਨਹੀਂ ਨਹੀਂ ਉਹ ਉਦਣੀ ਆਫਰ ਸੀਗਾ ਲਓ ਬਾਈ ਜੀ ਵਿਸਾਖੀ ਆਫਰ ਸੀ ਅੱਛਾ ਵਿਸਾਖੀ ਆਫਰ ਦਿਓ ਹਾਂ ਜੀ ਹਾਂ ਅੱਜ 7500 ਦਾ ਹੋ ਗਿਆ ਇਹ ਹਾਂ ਜੀ ਉਹ ਤਾਂ ਇਹ 10000 ਦਾ ਜੀ ਉਹ ਤਾਂ 10000 ਹਾਂ ਜੀ ਹਾਂ ਠੀਕ ਹੈ ਆਪਣਾ 7500 ਦੀ ਰੇਂਜ ਕਰੀ ਹੋਈ ਹੈ ਲਓ ਬਾਈ ਦੇਖ ਸਕਦੇ ਹੋ ਬਾਈ ਜੀ 10000 ਵਾਲਾ ਹੁਣ 7500 ਚ ਰਹਿ ਗਿਆ ਹਾਂ ਜੀ ਹਾਂ ਠੀਕ ਹੈ ਜੀ ਦੇਖੋ ਜੀ ਤੁਸੀਂ ਚੀਜ਼ ਵਧੀਆ ਬਾਈ ਕੁਆਲਿਟੀ ਹੈ ਜੀ ਗੱਲਬਾਤ ਵਾ ਕੁਆਲਿਟੀ ਇੱਕ ਨੰਬਰ ਨੇੜੇ ਦਿਖਾਓ ਜੀ ਤੁਸੀਂ ਠੀਕ ਹੈ ਦਰਸ਼ਕਾਂ ਨੂੰ ਇਹ ਕਿੰਨੇ ਮਹੀਨੇ ਦਾ ਗਿਆ ਸੀਗਾ ਇਹ 2 ਮਹੀਨੇ ਦਾ ਹੋਣ ਵਾਲਾ 2 ਮਹੀਨੇ ਦਾ ਹੋਣ ਵਾਲਾ ਹੈ ਬਾਈ ਜੀ ਲਓ ਬਾਈ ਮੇਲ ਫੀਮੇਲ ਉਹ ਹੈਗੇ ਜੀ ਦਿਖਾਓ ਮੜੇ ਕੀ ਕੀ ਆ ਇੱਕ ਆ ਛੋਟਾ ਬੈਠਾ ਵਿੱਚ ਆ ਵੀ ਮੇਲ ਹੈ ਜੀ ਅੱਛਾ ਇਹ ਮੇਲ ਆ ਹਾਂ ਜੀ ਲੈ ਬਾਈ ਇਹ ਮੇਲ ਆ ਨਾ ਇਹ ਵੀ ਮੇਲ ਹੈ ਜੀ ਇਹ ਕਿੰਨੇ ਦਿਨਾਂ ਦਾ ਹੋ ਗਿਆ ਇਹ ਛੋਟਾ ਲੱਗਦਾ ਇਹ ਜੀ ਆਪਣੇ ਮਹੀਨੇ ਦਾ ਹੀ ਹੈ ਇਹ ਮਹੀਨੇ ਦਾ ਲੱਗਦਾ ਹਾਂ ਜੀ ਹਾਂ ਲਓ ਬਾਈ ਦੇਖ ਸਕਦੇ ਹੋਗੇ ਮੇਲ ਆ ਇਹ ਹਾਂ ਜੀ ਹਾਂ ਕੀ ਰੇਟ ਹੈ ਇਹਦਾ ਇਹ 5500 ਇਹ 5500 ਰੁਪਏ ਦਾ ਬਾਈ ਦੇਖ ਸਕਦੇ ਇਹ 5500 ਰੁਪਏ ਦਾ ਬਾਈ ਕੁਆਲਿਟੀ ਇੱਕ ਨੰਬਰ ਉਪਰ ਗਰੰਟੀ ਦਾ ਮੇਲ ਹੈ ਜੀ ਨੀਚੇ ਪਈਆਂ ਨੇ ਇਹ 3500 ਜੀ ਅੱਛਾ ਦਿਖਾਓ ਹਾਂ ਜੀ ਹਾਂ ਇਹ ਆਫਰ ਦੇ ਵਿੱਚ ਨੇ ਜੀ ਅੱਛਾ ਹੈ ਬਾਈ ਗੋਲਡਨ ਰਿਟਰੀਵਰ ਹੁਣ ਫੇਰ ਦੁਬਾਰੇ 3500 ਦੇ ਵਿੱਚ ਹੈ ਸਰ ਪਰ ਜੀ ਇਹ ਸਾਰੀਆਂ ਨਹੀਂ ਜੀ ਬਈ ਇਹੀ ਨੇ ਇਹੀ ਦੋ ਨੇ ਬਹੁਤ ਤੰਗ ਕਰਦੇ ਨੇ ਜੀ ਫੋਨ ਕਰਕੇ ਇਹ ਦੋ ਹੀ ਨੇ ਇਕੱਲੀਆਂ ਹਾਂ ਜੀ ਹਾਂ ਲੈ ਬਈ ਦੋ ਹੀ ਨੇ ਬਈ ਦੇਖ ਦੋ ਮਹੀਨੇ ਮਹੀਨੇ ਦੇ ਹੈਗੇ ਨੇ ਹਾਂ ਜੀ ਹਾਂ ਕੁਆਲਿਟੀ ਇੱਕ ਨੰਬਰ ਹੋਊਗੀ ਹਾਂ ਜੀ ਵਧੀਆ ਵੈਕਸੀਨੇਸ਼ਨ ਉਹ ਹੋਣ ਵਾਲੀ ਹੈ ਅੱਛਾ ਉਹ ਹੋਣ ਵਾਲੀ ਆ ਹਾਂ ਜੀ ਹਾਂ ਠੀਕ ਹੈ ਜੀ ਕਿੰਨੇ ਟਾਈਮ ਤੇ ਹੁੰਦੀ ਹੈ ਵੈਕਸੀਨੇਸ਼ਨ ਇਹ 45 ਦਿਨਾਂ ਤੇ ਹੁੰਦੀ ਹੈ 45 ਦਿਨਾਂ ਤੇ ਹੁੰਦੀ ਹੈ ਹਾਂ ਜੀ ਹਾਂ ਲੈ ਬਈ 45 ਦਿਨਾਂ ਤੇ ਹੁੰਦੀ ਹੈ ਬਾਈ ਕਹਿੰਦਾ ਵੈਕਸੀਨੇਸ਼ਨ ਉਹ ਹੋਣ ਵਾਲੀ ਹੈਗੀ ਬਾਕੀ ਦੇਖ ਸਕਦੇ ਹੋ ਬਾਈ ਜੀ ਆ ਤਾਂ ਹੈਗਾ 2 ਕੁ ਮਹੀਨੇ ਦਾ ਹਾਂ ਜੀ ਹਾਂ ਤੇ ਆ ਬਾਕੀ ਮਹੀਨੇ ਮਹੀਨੇ ਦੇ ਹਨਾ ਦੋ ਮੇਲ ਨੇ ਦੋ ਇਹ ਦੋ ਮੇਲ ਹੈ ਜੀ ਦੋ ਮੇਲ ਦੋ ਫੀਮੇਲ ਹਾਂ ਜੀ ਪੇਅਰ ਪੇਅਰ ਨੇ ਦੋ ਹਨਾ ਲੈ ਬਈ ਦੇਖ ਸਕਦੇ ਹੋ ਜੀ ਇਹ 3500 ਜੀ ਇਹ 3500 ਰੁਪਿਆ ਇਹ 7500 ਜੀ ਇਹ 7500 ਇਹ 5500 ਰੁਪਿਆ ਲਓ ਬਾਈ ਜੀ ਅੱਡ ਅੱਡ ਰੇਟ ਨੇ ਸਾਰਿਆਂ ਦੇ ਕੁਆਲਿਟੀ ਕੁਆਲਿਟੀ ਡਿਪੈਂਡ ਹੁੰਦਾ ਕਿ ਜਾਂ ਫਿਰ ਕਿਵੇਂ ਹੁੰਦਾ ਵੀ ਰੇਟ ਜਿਹੜਾ ਬੱਚਾ ਜੀ ਹਲਕਾ ਥੋੜਾ ਜਿਹਾ ਕਮਜ਼ੋਰ ਹੁੰਦਾ ਜੀ ਚਲੋ ਉਹ ਘਟਾ ਦਿੰਨੇ ਆ ਬਾਕੀ ਘਰ ਜਾ ਕੇ ਅਗਲੇ ਦੇ ਸੇਵਾ ਕਰਦਾ ਅਗਲਾ ਵਧੀਆ ਬਣ ਜਾਂਦਾ ਵਧੀਆ ਤਾਂ ਹੋ ਜਾਂਦਾਗਾ ਐ ਤਾਂ ਨਹੀਂ ਕਿ ਵੀ ਉਹ ਜੀ ਰਹੂ ਨਹੀਂ ਨਹੀਂ ਅੱਗੇ ਵੀ ਉਹ ਸਾਡੇ ਕੋਲ ਜ਼ਿਆਦੇ ਹੋਣ ਕਰਕੇ ਜੀ ਉਹ ਫਿਰ ਇੰਨਾ ਨਹੀਂ ਸੰਭੇ ਉਹਦੀ ਕੇਅਰ ਨਹੀਂ ਹੁੰਦੀ ਹੈ ਨਾ ਹਾਂਜੀ ਹਾਂ ਠੀਕ ਹੈ ਆ ਪ੍ਰੋਬਲਮ ਆ ਜਾਂਦੀ ਹੈ ਲੈ ਬਈ ਬਾਈ ਕਹਿੰਦਾ ਸਾਡੇ ਕੋਲ ਇਹ ਨਾ ਜ਼ਿਆਦੇ ਹੋਣ ਕਰਕੇ ਕਈ ਵਾਰ ਕਿਸੇ ਦੀ ਕੇਅਰ ਨਹੀਂ ਹੁੰਦੀ ਹੈ ਨਾ ਹਾਂਜੀ ਹਾਂ ਬਿਲਕੁਲ ਚਲੋ ਠੀਕ ਹੈ ਵੀਰੇ ਧੰਨਵਾਦ ਕਰਦੇ ਆ ਬਾਈ ਅੱਗੇ ਚੱਲਦੇ ਆ